ਔਰੇ ਘਰ 'ਚ ਮੇਰੀ ਕਿਸੇ ਨੂੰ ਫਿਕਰ ਹੀ ਨਹੀਂ ਹੈਗੀ ਕਿ ਮੈਂ ਬਿਮਾਰ ਹਾਂ। ਲੈ ਫਿਕਰ ਕਿਉਂ ਨਹੀਂ ਆ, ਅਸੀਂ ਹੁਣ ਸਾਰੇ ਤੇਰੇ ਆਪਣੇ ਹੀ ਆ। ਅਸੀਂ ਤਾਂ ਪੁੱਛਗਿੱਛ ਕਰਨੀ ਆ ਨਾ ਹੁਣ, ਤੇ ਨਾਲੇ ਤੁਹਾਡੀ ਵੀ ਪੁੱਛਗਿੱਛ ਅਸੀਂ ਕਰਦੇ ਹੀ ਆ। ਪਤਾ ਪਤਾ ਕਿੰਨੀ ਕੁ ਪੁੱਛਗਿੱਛ ਕਰਦੇ ਜੇ। ਮੈਨੂੰ ਘਰ ਨਹੀਂ ਕੋਈ ਕੰਮ ਹੈਗਾ, ਮੈਂ ਵਿਹਲਾ ਥੋੜੀ ਹਾਂ। ਵੇਖ ਕਿੰਨੀ ਜ਼ਬਾਨ ਚਲਾਉਂਦਾ ਆਪਣੇ ਪਿਓ ਦੇ ਨਾਲ। ਤੇ ਮੈਂ ਉਹਨੂੰ ਕਹਿਤਾ ਪਕੌੜੇ ਦੋ ਬਣਾ ਦੇ, ਮੈਨੂੰ ਕੀ ਪਤਾ ਹੁਣ ਉੱਥੇ ਡਿੱਗ ਹੀ ਪੈਣਾ ਵਾ। ਕੀ ਲੋੜ ਸੀ ਪਕੌੜਿਆਂ ਦੀ, ਮੈਂ ਕਿਹੜਾ ਪਕੌੜਿਆਂ ਤੇ ਲੱਗਾ। ਉਹ ਫੋਨ ਫੜਾਓ, ਫੋਨ ਵੱਜਣ ਡਿਆ ਮੇਰਾ। ਐਡੇ ਐਡੇ ਦੇਣੇ ਆ ਤੇ ਇਹਨਾਂ ਬੇਲੀਆਂ ਦੇ ਕਿਦਾਂ ਟਾਈਮ ਪਾਸ ਹੁੰਦਾ ਆ। ਸਾਡੇ ਤੇ ਹੱਥ ਖੜੇ ਆ, ਹੁਣ ਤੂੰ ਹੀ ਪੁੱਛ ਲਈ ਵੀ ਕਿਦਾਂ ਟਾਈਮ ਪਾਸ ਹੁੰਦਾ ਇਹਨਾਂ ਦਾ ਬੇਲੀਆਂ ਦਾ। ਸੰਦੀਪ ਉੱਠ, ਤੇਰੀ ਭੂ ਆਈ ਆ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ। ਅਜੇ ਤੱਕ ਤੁਹਾਡੀ ਨੀਂਦ ਹੀ ਨਹੀਂ ਪੂਰੀ ਹੋਈ? ਨਹੀਂ, ਮੈਨੂੰ ਨਾ ਕੱਲ ਦਾ ਬੁਖਾਰ ਆ ਤੇ ਮੈਂ ਦਵਾਈ ਖਾ ਕੇ ਤੇ ਲੰਮੇ ਪੈ ਗਈ ਸੀ। ਅੱਛਾ, ਬਹਿ ਜਾ। ਬੈਠੇ ਚੱਲ ਜਾ, ਉੱਠ, ਨਾਲ ਪਾਣੀ ਲਿਆ ਕੇ ਦੇ, ਨਾਲ ਚਾਹ ਬਣਾ ਕੇ ਲਿਆ। ਹਾਂਜੀ, ਆਲੋ ਬਾਬੀ ਜੀ ਬਹਿਨੇ। ਹੋਰ ਵੀਰ ਜੀ ਗਏ ਕਿਤੇ? ਆਹੋ ਗਏ ਆ, ਥੋੜਾ ਜਿਹਾ ਕੰਮ ਆ ਜਾਂਦੀ ਆ। ਅੱਛਾ, ਠੀਕ ਆ। ਹੋਰ ਸਭ ਠੀਕ ਆ? ਹਾਂ ਠੀਕ ਆ, ਤੁਸੀਂ ਦੱਸੋ? ਵਧੀਆ ਵਧੀਆ। ਨਿਆਣੇ ਲੈ ਆਉਂਦੇ ਕੋਈ ਨਾਲ? ਨਿਆਣੇ ਤੁਹਾਨੂੰ ਪਤਾ ਆ ਕੰਮਾਂ ਕਰਾਂ ਤੇ ਰੁੱਝੇ ਹੀ, ਤੇ ਮੈਂ ਇਕੱਲੀ ਹੀ ਹੋਣ ਨਹੀਂ ਆ, ਮੇਰਾ ਬੜਾ ਦਿਲ ਕਰਨ ਡਿਆ ਸੀ ਮਿਲਣ ਨੂੰ। ਚੱਲ ਚੰਗਾ ਕੀਤਾ ਕਿ ਆ ਗਈ ਆ। ਤੇ ਆਲੋ ਪਾਣੀ ਪੀ ਲਓ ਭੂਆ ਜੀ। ਇਹ ਪਾਣੀ ਠੰਡਾ ਨਹੀਂ ਲਿਆਂਦਾ? ਨਹੀਂ ਭੂਆ ਜੀ, ਪਾਣੀ ਨੋਰਮਲ ਹੀ ਆ। ਅਸੀਂ ਨਾ ਹੁਣ ਪਾਣੀ ਫਰਿੱਜ ਵਿੱਚ ਨਹੀਂ ਰੱਖਦੇ, ਗਲੇ ਖਰਾਬ ਹੋ ਜਾਂਦੇ ਆ। ਇਹ ਮੈਂ ਠੰਡਾ ਹੀ ਪੀਂਦੀ ਹਾਂ, ਤੁਹਾਡਾ ਵੀ ਕੋਈ ਹਾਲ ਨਹੀਂ ਗਾ ਕਦੇ, ਅੱਜ ਕੱਲ੍ਹ ਦੀਆਂ ਨੌਵਾਂ ਦਾ ਵੀ। ਬੱਲੇ ਭੂਆ ਜੀ ਆਏ ਆ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਸੁਣਾ, ਠੀਕ ਠਾਕ? ਹਾਂਜੀ ਹਾਂਜੀ ਵਧੀਆ, ਤੁਸੀਂ ਸੁਣਾਓ? ਵਧੀਆ, ਆਪਣੇ ਵੀ ਠੀਕ ਠਾਕ। ਹੋਰ ਇਕੱਲੇ ਆਏ ਜੀ? ਹਾਂ, ਫੁੱਫੜ ਤੇਰੇ ਗਏ ਡਿਊਟੀ ਤੇ। ਅੱਛਾ, ਤੇ ਮੈਂ ਚੱਲ ਮਗਰੋਂ ਮੈਂ ਹੋਮ ਨਹੀਂ ਆ, ਮੇਰਾ ਦਿਲ ਕਰਨ ਡਿਆ ਤੁਹਾਨੂੰ ਸਾਰਿਆਂ ਨੂੰ ਮਿਲਣ ਨੂੰ। ਅੱਛਾ, ਤੇ ਤਰਨ ਨੂੰ ਲੈ ਆਉਂਦੇ ਨਾਲ ਤੁਸੀਂ? ਤਰਨ ਫਿਰ ਬਿਜ਼ੀ ਸੀ ਆਪਣੇ ਕੰਮ ਕਾਰ 'ਚ। ਠੀਕ ਆ ਠੀਕ ਆ। ਮੈਂ ਸੁਣਿਆ ਆਈਲੈਟਸ ਕਰਨ ਡਿਆ। ਹਾਂਜੀ ਡਿਆ ਕਰਨ, ਮੈਂ ਕਦੇ ਬਾਹਰ ਬਾਹਰ ਭੇਜ ਦਾਂਗੇ ਉਹਨੂੰ ਵੀ। ਹਾਂ ਨਹੀਂ ਵਧੀਆ ਵਾ, ਇੱਥੇ ਹੈ ਵੀ ਕੀ ਹੈ, ਇੰਨੀ ਕੁ ਉਮਰ 'ਚ ਬੱਚੇ ਆਪਣੇ ਆਰੇ ਲੱਗ ਜਾਣ ਨਾ, ਇਹਦੇ ਨਾਲ ਦੀ ਰੀਸ ਨਹੀਂ ਹੈਗੀ। ਨਹੀਂ ਸਹੀ ਆ ਸਹੀ ਆ। ਜਾ ਚਾਹ ਬਣਾ ਲਿਆ। ਹਾਂਜੀ ਬਣਾਉਣੀ। ਚਲੋ ਤੁਸੀਂ ਕਰੋ ਗੱਲਾਂ ਬਾਤਾਂ, ਮੈਂ ਮਾੜਾ ਜਿਹਾ ਕੰਮ ਕਰਨ ਡਿਆ ਸੀ ਉੱਤੇ। ਚੱਲ ਠੀਕ ਹੈ, ਕਰ ਰਿਹਾ ਕੰਮ। ਭਾਬੀ ਜੀ, ਅਜੇ ਤੱਕ ਸੰਦੀਪ ਚਾਹ ਲਿਆ ਕਿ ਨਹੀਂ ਆਈ? ਚਾਹ ਧਰੀ ਹੈ ਕਿ ਮਾਂ ਧਰੇ ਨੇ? ਚੱਲ ਹੌਲੀ ਹੌਲੀ ਲੱਗੀਆਂ ਰਹਿੰਦੀਆਂ ਵਾ, ਮੈਨੂੰ ਤਾਂ ਨਹੀਂ ਕੁਛ ਕਰਨਾ ਪੈਂਦਾ, ਸਾਨੂੰ ਤਾਂ ਮੰਜੇ 'ਤੇ ਮਿਲ ਹੀ ਜਾਂਦੀ ਆ ਨਾ ਚਾਹ ਰੋਟੀ। ਪਰ ਭਾਬੀ ਜੀ ਪਹਿਲਾਂ ਵੀ ਤਾਂ ਆਈਦਾ ਸੀ, ਪਤਾ ਨਹੀਂ ਲੱਗਦਾ ਚਾਹ ਕਿਹੜੇ ਬਣ ਗਈ, ਪਕੌੜੇ ਕਿਹੜੇ ਬਣ ਗਏ ਅਤੇ ਕਿਹੜੇ ਰੋਟੀ ਬਣ ਕੇ ਆ ਜਾਂਦੀ ਸੀ। ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਇੱਦਾਂ ਹੀ ਆ ਢਿੱਲੀਆਂ, ਇਹ ਤਾਂ ਹੌਲੀ ਹੌਲੀ ਲੱਗੀਆਂ ਰਹਿੰਦੀਆਂ ਵਾ। ਹੁਣ ਸਾਡੇ ਵਾਲੇ ਕੰਮ ਥੋੜ੍ਹੀ ਫੁਰਤੀ ਵਾਲੇ, ਅਸੀਂ ਤਾਂ ਮਿੰਟੋ ਮਿੰਟ ਹੀ ਕੰਮ ਸਾਰਾ ਕਰਕੇ ਤਾਂ ਵਿਹਲੇ ਹੋ ਕੇ ਬਹਿ ਜਾਈਦਾ ਜੀ, ਅਤੇ ਇਹ ਤਾਂ ਇੱਦਾਂ ਲਮਕੀਆਂ ਰਹਿੰਦੀਆਂ ਸਾਰਾ ਸਾਰਾ ਦਿਨ ਹੀ, ਇਹਨਾਂ 'ਚ ਕਿਤੇ ਜਾਨ ਪੁਰਾਣੀ ਹੈ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ 'ਚ, ਤਾਂ ਕੀ ਕਰਨਾ ਵਾ। ਹਾਂਜੀ ਭਾਬੀ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਅੱਜ ਕੱਲ੍ਹ ਦੀਆਂ ਕੁੜੀਆਂ ਦਾ ਨਾ ਕੋਈ ਹਾਲ ਨਹੀਂ, ਥੋੜ੍ਹਾ ਕੰਮ ਹੀ ਕਰਦੇ ਰਹੇ ਘਰ 'ਚ ਪਹਿਲਾਂ, ਮੁੜ ਕੇ ਤੁਸੀਂ ਇੰਨੇ ਸਿਆਣੇ ਆ ਗਏ, ਘਰ ਦਾ ਸਾਰੀ ਜ਼ਿੰਮੇਵਾਰੀ ਤੁਸੀਂ ਆਪਣੇ ਸਿਰ ਚੁੱਕ ਲਈ, ਸਾਰਾ ਕੰਮ ਲਈ ਫਿਰਦੇ ਸੀ, ਕੋਈ ਪਰਵਾਹ ਹੀ ਨਹੀਂ ਕੰਮਾਂ ਦੀ। ਆਲ ਭੂਆ ਜੀ ਚਾਹ ਪੀ ਲਓ। ਛੋਟੀ ਕਿੱਥੇ ਆ? ਅੰਦਰ ਹੀ ਆ। ਸੰਦੀਪ ਜੀ ਰੋਟੀ ਰਾਟੀ ਦਾ ਕਰ ਲਾ ਹੁਣ, ਭੂਆ ਤੈਨੂੰ ਭੁੱਖ ਲੱਗੀ ਆ? ਹਾਂਜੀ ਮੰਮ ਜੀ, ਸਬਜ਼ੀ ਨਾ ਬਣਾਉਣ ਵਾਲੀ ਆ ਤੇ ਫਿਰ ਥੋੜਾ ਜਿਹਾ ਟਾਈਮ ਲੱਗਣਾ, ਮੈਂ ਬਣਾ ਦਿੰਨੀ ਆ। ਪਈ ਆ ਨਹੀਂ ਕੋਈ? ਨਹੀਂ ਉਹ ਤਾਂ ਥੋੜੀ ਜਿਹੀ ਤੇ ਦੁਪਹਿਰੇ ਖਾ ਲਈ ਆਪਾਂ। ਅੱਛਾ ਚੱਲ ਬਣਾ ਲਾ ਫਿਰ, ਉਹਨੂੰ ਭੁੱਖ ਲੱਗੀ ਵਿਚਾਰੀ ਨੇ। ਹਾਂਜੀ ਕੋਈ ਨਹੀਂ ਬਣਾ ਦਿੰਨੀ। ਉਹਨੂੰ ਨਿੱਕੀ ਨੂੰ ਵੀ ਨਾਲ ਲਾ ਲਾ, ਥੋੜੀ ਛੇਤੀ ਹੋ ਜਾਊਗੀ। ਹਾਂਜੀ ਹਾਂਜੀ ਕੋਈ ਨਹੀਂ। ਭਾਬੀ ਜੀ ਉਹ ਛੋਟੇ ਕਿੱਥੇ ਦੋਵੇਂ ਜੀ? ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕੋਈ ਰਿਸ਼ਤੇਦਾਰ ਭੈਣ ਭਰਾ ਆਇਆ ਆ, ਕਿਸੇ ਮਿਲਣਾ ਵੀ ਆ। ਆ ਜਾਂਦੇ ਇੱਥੇ ਹੀ ਆ, ਪਤਾ ਨਹੀਂ ਲੱਗਾ ਹੋਣਾ ਵੀ ਭੂ ਆਈ ਆ। ਅੱਛਾ ਠੀਕ ਆ। ਸਿੰਮੀ ਭੂਆ ਜੀ ਆਏ, ਜਾ ਕੇ ਤੇ ਮਿਲ ਲਓ ਉਹਨਾਂ ਨੂੰ। ਅੱਛਾ ਭੂਆ ਆਏ ਨੇ। ਹਾਂ ਭਾਬੀ ਭੂਆ ਆਈ ਆ। ਹਾਂਜੀ ਚੱਲ ਮਿਲ ਹੀ ਆਵੇ ਭੂਆ ਨੂੰ। ਸਿੰਮੀ ਮੇਰੀ ਗੱਲ ਸੁਣ, ਮੈਂ ਨਾ ਚਾਹ ਬਣਾ ਕੇ ਦੇਤੀ ਉਹਨਾਂ ਨੂੰ ਤੇ ਹੁਣ ਉਹ ਰੋਟੀ ਮੰਗਣ ਨੇ, ਮੇਰੇ ਨਾਲ ਰੋਟੀ ਬਣਾ ਦੇ। ਰੋਟੀ ਰੋਟੀ ਮੈਂ ਨਹੀਂ ਬਣਾਉਣੀ ਬਣਾਉਣੀ, ਇੱਦਾਂ ਕਰ ਤੂੰ ਆਪੇ ਬਣਾ ਲਾ, ਨਾਲੇ ਭੂਆ ਕਿਹੜੀ ਸਾਡੀ ਆ, ਇਹਨਾਂ ਦੀ ਆ, ਮੰਮੀ ਵੀ ਤਾਂ ਬਣਾ ਹੀ ਸਕਦੇ ਨੇ, ਮੰਮੀ ਆਪ ਤੇ ਬੈਠੇ ਗੱਲਾਂ ਕਰੀ ਜਾਂਦੇ ਨੇ ਤੇ ਸਾਨੂੰ ਰਸੋਈ ਚਲਾ ਰੱਖਣਾ।
सिमी हूँ साढ़े होंगे मम्मी काम करे तो चंगा थोड़ी लगी इदा तू बना दे मेरे ना रोटी कि टाइम लगना वा मैं तो नहीं बनानी फिर जे तू बनानी है ना जा तू अपने नंबर बनाई जा मैनू नहीं लोड़ चल ठीक बना ली नहीं मैं आपे रोटी ठीक ठाक वधिया चलो कोई नी बह के गल्लां गुल्लां करो फिर अहीं आके गल करदे आं नहीं मेरी गल सुन तेरी किहड़े मौके सलाह बन गई शहर जाण दी तुसीं आ गल्लां छड्डो इह तुहानूं मैं बाद च दसदी आं तुसीं इदां करो स्कूटी कढ़ो बाहर संदीप हाँ मैं ना चली हाँ मार्केट तो आनी मैं घंटे के तक तो मेरे रोटी नहीं बनानी हैगी रोटी तू इदा कर हूँ आपे बना ला जे तो मैं घर रही ना फिर भूआ ने कहना वा भी एक जनी काम करी जी तो एक उदा ही वेली बैठी है चल ठीक है मैं तो फिर बनाई लैनी रोटी तो इदा करी साड़ियाँ भी दो दो बना दी ठीक है बना दूंगी चल ठीक तेन पता भी आ तेरे ते जुम्मेवारी सारी आ तू ही घर का मोत वारिया अगे ते चल तेरी भैन कमांदी ही ते हाडे घर का रोटी टोक चलता ही हुण ते पुत तेन पता कि तेन काम करना ही पैना आ मम्मी तेरे सामने कितनी जगह पर किया वा वो नहीं बनती गल मैं की करा मथा मरी जाना जिने जोगा है मैं पोते इत्थे सुत्तियां थोड़ी गल बन जानी है उठ के तैयार तुर हो किते जा इंटरव्यू दे जाना मम्मी अज एक दोस्त कहता है एक फैक्ट्री च काम हैगा वा जाना उत्थे भी इंटरव्यू दे आना जे बन गई गल ठीक है तो मैं हुण की करा चल जा तैनू पता है घर पैसे की तो जरूरत हैगी है ना हूँ तेरिया भैन भी व्याईया आ उन्होंने सहरे भी जाना आ उ भी कोई लैन देन सौ करना हों तो काम करेगा तो फिर ही गांह ही कि उन्होंने मिला वरतेंगे चलो ठीक है मम्मी जाना मैं पता करके आना वा तो दसो उधरों फोन आया कि भैन उन्होंने ठीक है आहो फोन तो आया ही परसों हुई ही मेरी गल थोड़ी जी तो अज मैं फोन करके तो उन्होंने पूछदी हाँ हाल चाल उन्हों का चलो ठीक है पुछो जा मेरा पुत तू तैयार हो के ते काम दा पता कर के आ चलो मैं माड़ा जा नहाला ते नहा के तैयार हो जा चल मैं ही पूछ ली आ संदीप हुणा नु फोन ला के आ केड़ा फोन आई जांदा होना मम्मी हाँ
परदे पा पा के मैं आप थक गई हाँ। इन्नी बहाने बाज है ना कि क्यों की गल हुई है? मम्मी गल तो कोई नहीं हुई, तो जिंदर दी ना भूआ आई है तो मम्मी कहने के चल रोटी बना लो हूँ। मैं सिमी ने कहा मैं सिमी मेरे ना रोटी बना दे आके, तो कहनी मैं नहीं बनानी रोटी आपे कल बना ला। बाजार चल गई हूँ मनदीप नाल, अगर कोई वह प्लैन नहीं बाजार जान का। आहो धीए तो गल गलत आनू तो बथेरा समझाया ही विह तो पहले भी भी अपनी ना आदत सुधार ली, तेनू भी कहा ही हूँ कि तू भी इनू थोड़ा बहुत समझाया कर, पर तू भी हूँ किन्ना कि करेंगी ये तेन आप ही सोच होनी चाहिए आ। ओह तो मम्मी हूँ मैं किन्ना कु परदे पाई जाऊँगी इतने किन्ना कु समझाई जाऊँगी जो ये आप ही नहीं समझती। दो रोटियां लाइनी उत्थे की हो दिया ही भूआ भी आखिरी भी चल दोवें लगी वा। चल कोई नहीं संदीप, मैं तो तेरा भरा आवाँगे किसी दिन तेन समझा के जावे, ये कुड़ी ना समझ ही नहीं कि लगती हैगी। चलो ठीक है मम्मी तु आके समझा लियो किसी दिन, मेरी तो सुन नहीं की दोवें सुन ले। चल चंगा फिर कोई गल नहीं आवे फिर। चलो ठीक मैं ना रोटी बना ला। चल ठीक है हाँ जी। ਭਾਬੀ ਜੀ ਕਿੱਦਾਂ ਦੀਆਂ ਤੁਹਾਡੀਆਂ ਨੋਵਾਂ? ਕੀ ਕਰਾਂ ਮੈਂ ਤਾਂ ਆਪ ਬੜੀ ਦੁਖੀ ਹੋਈ ਹਾਂ। ਇੱਕ ਮੈਂ ਕਹਿਣ ਦੀ ਛੋਟੀ ਜਿਹੜੀ ਉੱਦਾਂ ਕੰਮ ਚੋਰ ਆ ਅਤੇ ਵੱਡੀ ਜਿਹੜੀ ਉੱਦਾਂ ਡੱਕੇ ਡੋਲੇ ਖਾਂਦੀ ਫਿਰਦੀ ਹੈ। ਕੰਮ ਕਾਰ ਤਾਂ ਇੱਦਾਂ ਹੀ ਕਰਦੀਆਂ ਵਾ ਇਹ ਜਿੱਦਾਂ ਰੀਸਾਂ ਕਰਦੀਆਂ, ਅਜੇ ਹੈ ਕਿ ਸਕੀਆਂ ਭੈਣਾਂ ਵਾਂ। ਨਿੱਕੀ ਜਿਹੜੀ ਉਹ ਤਾਂ ਬਿਲਕੁਲ ਡੱਕਾ ਨਹੀਂ ਤੋੜਦੀ ਕਿਤੇ, ਵੱਡੀ ਤਾਂ ਫਿਰ ਵੀ ਮਾੜਾ ਮੋਟਾ ਕਰਦੀ ਆ। ਹੱਦ ਹੋ ਗਈ ਇਹਨਾਂ ਵਾਲੀ, ਮੈਂ ਆ ਗਈ ਹਾਂ ਨਾ ਹੁਣ ਅਤੇ ਮੈਂ ਕਰਨੀ ਆ ਜ਼ਰਾ ਕਿ ਗੱਲ ਇਹਨਾਂ ਦੇ ਨਾਲ, ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ ਵੀ। ਅੱਜ ਇਹਨਾਂ ਦੀ ਮਾਂ ਨੇ ਵੀ ਆਉਣਾ ਵਾ, ਆਇਆ ਉਹਦਾ ਫੋਨ, ਪਤਾ ਨਹੀਂ ਹੁਣ ਕਿਹੜੇ ਵੇਲੇ ਆਉਂਦੀ ਆ, ਹੁਣੇ ਆ ਜਾਂਦੀ ਕਿ ਜਾਂ ਠਹਿਰ ਕੇ ਆਉਂਦੀ ਆ। ਚੰਗਾ ਸੌਂਕ ਮੇਰੇ ਹੁੰਦਿਆਂ ਹੁੰਦੇ ਆ ਜੇ ਮੈਂ ਹੀ ਮਿਲਣ ਨਾਲੇ। ਮੈਨੂੰ ਤਾਂ ਬੜਾ ਦੁਖੀ ਕੀਤਾ ਇਹਨਾਂ ਨੇ। ਤੁਸੀਂ ਮੈਂ ਫਿਰ ਇਹ ਗੱਲ ਦੀ ਟੈਨਸ਼ਨ ਨਾ ਲਓ, ਮੈਂ ਵੀ ਕਰੂੰਗੀ ਨਾ ਗੱਲ ਭਲਾ ਦੀ ਮਾਂ ਦੇ ਨਾਲ, ਉਹ ਸਮਝਾਵੇ ਕੁਝ ਉਹਦੇ ਨਹੀਂ ਗਏ ਬਸ 'ਚ। ਚਲੋ ਕੋਈ ਨਹੀਂ ਆ ਜਾਂਦੀ ਆਪੇ, ਤੁਸੀਂ ਨਹੀਂ ਕੋਈ ਫਿਕਰ ਕਰਿਓ ਕੋਈ ਗੱਲ ਨਹੀਂ, ਪੁੱਛ ਨਹੀਂ ਆ ਨਾ ਭਲਾ ਮੈਂ ਇਹਨਾਂ ਨੂੰ ਬਿਠਾ ਕੇ ਜਰਾ। ਸਿਮੀ ਉੱਠ ਕੇ ਨਹਾਈ ਲੈ ਕੀ ਬਣੀ ਹੈ? ਤੈਨੂੰ ਬਹੁਤਾ ਪਤਾ ਮੈਂ ਨਹਾਤੀ ਕਿ ਨਹੀਂ ਨਹਾਤੀ, ਮੈਂ ਨਹਾ ਕੇ ਹੀ ਬੈਠੀ ਹਾਂ। ਚੱਲ ਜੇ ਨਹਾ ਲਿਆ ਤਾਂ ਤਿਆਰ ਹੋ ਕੇ ਵਿਆਹ ਕਰ, ਨਵਾਂ ਤਿਆਰ ਹੋਈਆਂ ਚੰਗੀਆਂ ਲੱਗਦੀਆਂ, ਨਾ ਤੈਨੂੰ ਨਹੀਂ ਪਤਾ ਅੱਜ ਮੰਮੀ ਨੇ ਆਉਣਾ ਵਾ। ਕੋਈ ਗੱਲ ਨਹੀਂ ਮੈਂ ਹੋ ਜਾਵਾਂਗੀ ਤਿਆਰ, ਤਿਆਰ ਹੋ ਕੇ ਮੈਂ ਕਿਤੇ ਵਿਆਹ ਨਹੀਂ ਜਾਣਾ, ਆਈ ਵੱਡੀ ਬੇਬੇ। ਅਸੀਂ ਕਿਤੇ ਵਿਆਹ ਜਾਣਾ, ਮੰਮੀ ਤਾਂ ਉੱਦਾਂ ਤਿਆਰ ਹੋਈ ਹਾਂ, ਭੂਆ ਕੀ ਸੋਚੂਗੀ ਵੀ ਤਿਆਰ ਵੀ ਨਹੀਂ ਹੁੰਦੀਆਂ ਕਿਤੇ ਚੱਜ ਨਾਲ, ਇਹ ਤਾਂ ਕੰਮ ਤਾਂ ਚੱਲ ਨਹੀਂ ਕਰਨਾ ਤਾਂ ਨਹੀਂ ਸਹੀ। ਚੱਲ ਜਾ ਤੂੰ ਆਪਣਾ ਰੋਟੀ ਰੋਟੀ ਦਾ ਚਾਹ ਚੂਹ ਦਾ ਕੰਮ ਕਰ ਜਾ ਕੇ ਮੈਂ ਆਪਣੇ ਆਪ ਤਿਆਰ ਹੋ ਜਾਣਾ ਵਾ, ਤੂੰ ਮੇਰੀ ਬੇਬੇ ਨਾ ਬਣ। ਇਹਨੇ ਤਾਂ ਨਾ 24 ਘੰਟੇ ਆਪਣੇ ਹੀ ਨੰਬਰ ਬਣਾਉਣੇ ਹੁੰਦੇ ਆ, ਜਾ ਤੂੰ ਕਰਦੀ ਰਹਿ ਕੰਮ, ਮੈਂ ਤਾਂ ਆਪਣੀ ਮਰਜ਼ੀ ਨਾਲ ਹੀ ਕੰਮ ਕਰਾਂਗੀ ਜਦੋਂ ਮੇਰਾ ਦਿਲ ਕਰੇਗਾ। ਨਹੀਂ ਮੈਂ ਤੈਨੂੰ ਕਿੰਨਾ ਸਮਝਾਉਂਦੀ ਰਹੀ ਆ, ਵਿਆਹ ਤੋਂ ਪਹਿਲੇ ਵੀ ਤੈਨੂੰ ਮੈਂ ਕਿੰਨਾ ਸਮਝਾਇਆ ਸੀ, ਪਤਾ ਨੀ ਤੈਨੂੰ ਲੱਗਦੀ ਕਿਉਂ ਨੀ ਆ, ਉਦਣ ਵੀ ਤੇਰੇ ਭਰਾ ਨਾਲ ਆਈ ਆ ਤੈਨੂੰ ਸਮਝਾ ਕੇ ਗਈ ਆ, ਤੂੰ ਸਮਝਦੀ ਨੀ ਕਿਸੇ ਗੱਲ ਨੂੰ। ਤੈਨੂੰ ਨਾ ਉਦਣ ਪਤਾ ਲੱਗਣਾ ਜਿੱਦਾਂ ਤੁਸੀਂ ਦੋਵੇਂ ਜਾਣੀਆਂ ਨਾ ਅੱਡ ਅੱਡ ਹੋ ਗਈਆਂ। ਕੋਈ ਗੱਲ ਨਹੀਂ ਮੰਮੀ, ਮੈਨੂੰ ਨਹੀਂ ਕੋਈ ਟੈਨਸ਼ਨ ਹੈਗੀ ਆ ਗੱਲ ਦੀ, ਚੰਗਾ ਹੋਊਗਾ ਮੈਂ ਅੱਡ ਹੋ ਜਾਵਾਂਗੀ, ਉੱਦਾਂ ਵੀ ਤਾਂ ਹਰ ਵਕਤ ਮੇਰੇ ਸਿਰ 'ਤੇ ਚੜ੍ਹੀ ਰਹਿੰਦੀ ਹੈ, ਕਦੇ ਆਹ ਕਰ ਦੇ ਕਦੇ ਉਹ ਕਰ ਲਾ ਕਦੇ ਆਹ ਕਰ ਲਾ। ਹੁਣ ਤਾਂ ਤੂੰ ਆਉਂਦੀ ਆ ਨਾ ਵੀ ਮੈਨੂੰ ਕੋਈ ਟੈਨਸ਼ਨ ਨਹੀਂ ਆ, ਪਤਾ ਤੈਨੂੰ ਫੇਰ ਲੱਗਣਾ ਆ, ਵੇਖੀ ਹਾਂ ਜਿੱਦਣ ਅੱਡ ਹੋ ਗਈ। ਕੋਈ ਨਹੀਂ ਹੋ ਜਾਵਾਂਗੇ ਅੱਡ ਤਾਂ ਹੋ ਜਾਵਾਂਗੇ,
तुहानू ते ना हमेशा उही ही चंगी लगती है। तुम कदे मेरे वल की गल की है, कदे तुम क्या मैं चंगी हाँ, जो नहीं उदो तुम उन्होंने ही कहना हों चंकी है। नहीं तो अपने आप भी समझ ना, तू न्याणी आ, किन्नी क वारी तेन मैं रोज़ समझा के जाया करांगी, स्पैशल मैं तेरे वास्ते आई हाँ, पिछले समझा के आनी हाँ। तो फिर ना आते मैं क्या ही मेरे वास्ते आओ, जो तुम लगता वा भी इन्हें समझ नहीं लगती तो फिर तुम्हें किन्ने क्या ही मेरे ना मत्था मारो आके। तेरे ना तो मत्था मारन का कोई फायदा ही नहीं है, तेरे नहीं दिमाग च कोई भी गल पैनी।